ਸਾਡੀ ਅਸਲ ਦੇ ਵਿੱਚ ਜਿਹੜੀ ਅੱਜ ਤੁਰੰਤ ਮੰਗ ਹੈਗੀ ਆ ਉਹ ਇਹੀ ਹੈ ਕਿ ਜਿਹੜੇ ਸਾਡੇ ਉਹ ਫੰਡ ਰੋਕੇ ਪਏ ਆ ਉਹ ਤੁਰੰਤ ਲਾਗੂ ਕੀਤੇ ਜਾਣ। ਉਹ ਸਾਡਾ ਰਾਈਟ ਹੈ, ਸਾਨੂੰ ਰਾਈਟ ਦਿੱਤਾ ਹੋਇਆ ਪਹਿਲਾਂ ਹੀ ਅਸੀਂ ਕੰਟਰੈਕਟ ਦੇ ਕੰਮ ਕਰਦੇ ਹਾਂ, ਤਨਖਾਹਾਂ ਘੱਟ ਨੇ ਅਤੇ ਲਗਭਗ 4000 ਦਾ ਇਹ ਕੱਟ ਮਾਰਤਾ, ਜਿਹਦਾ ਕੋਈ ਸਾਇੰਟੀਫਿਕ ਰੀਜ਼ਨ ਨਹੀਂ ਸਾਨੂੰ ਅੱਜ ਤੱਕ, ਨਾ ਤਾਂ ਮੰਤਰੀ ਜੀ ਦੱਸ ਸਕਿਆ ਨਾ ਉਹ ਦੱਸ ਸਕਿਆ। ਸਾਡੀਆਂ ਮੰਗਾਂ ਉਹ ਵੀ ਕਿ ਪੰਜਾਬ ਸਰਕਾਰ ਜੋ ਸਾਡੇ ਨਾਲ ਧੱਕਾ ਕਰ ਰਹੀ ਹੈ, ਸਾਡੀਆਂ ਤਨਖਾਹਾਂ ਪਹਿਲਾਂ ਹੀ ਬਹੁਤ ਘੱਟ ਨੇ, ਅਸੀਂ ਪਿਛਲੇ 12-13 ਸਾਲਾਂ ਤੋਂ ਵਿਭਾਗ ਦੇ ਵਿੱਚ ਸੇਵਾਵਾਂ ਦੇ ਰਹੇ ਹਾਂ ਔਰ ਬਹੁਤ ਹੀ ਔਖੇ ਕੰਮ ਹੈ ਜਿਹੜੇ ਅਸੀਂ ਕਰਦੇ ਹਾਂ ਅਤੇ ਉਹਦੇ ਬਾਵਜੂਦ ਵੀ ਤਨਖਾਹਾਂ ਵਧਾਉਣੀਆਂ ਤਾਂ ਕੀ ਸੀ, ਇਸ ਸਰਕਾਰ ਨੇ ਬਦਲਾਅ ਦੇ ਨਾਮ ਦੇ ਉੱਤੇ ਸਾਡੇ ਜਿਹੜੇ ਭੱਤੇ ਪਿਛਲੇ 12 ਸਾਲ ਤੋਂ ਚੱਲ ਰਹੇ ਸੀ ਉਹ 2023 ਦੇ ਵਿੱਚ ਬੰਦ ਕਰ ਦਿੱਤੇ ਔਰ ਉਹਨਾਂ ਦਾ ਕੋਈ ਸਾਨੂੰ ਕਾਰਨ ਨਹੀਂ ਦੱਸਿਆ ਜਾ ਰਿਹਾ। ਇਹ ਅੱਜ ਮੰਤਰੀ ਤੋਂ ਅਸੀਂ ਜਵਾਬ ਲੈਣ ਆਏ ਹਾਂ, ਰਿਸਪੈਕਟਫੁਲੀ ਆਏ ਹਾਂ, ਸਾਨੂੰ ਪਤਾ ਸਾਡੇ ਮੰਤਰੀ ਨੇ, ਸਤਿਕਾਰ ਕਰਦੇ ਹਾਂ ਉਹਨਾਂ ਦਾ, ਪਰ ਜਿਹੜਾ ਸਾਡੇ ਹੱਕ ਤੇ ਡਾਕਾ ਮਾਰਿਆ ਉਹ ਰਿਸਪੈਕਟਫੁਲੀ ਅੱਜ ਅਸੀਂ ਪੁੱਛਣਾ ਹੈ ਕਿ ਸਾਨੂੰ ਇਹਦਾ ਰੀਜ਼ਨ ਦੱਸਿਆ ਜਾਵੇ, ਉਹਨਾਂ ਨੂੰ ਦੱਸਣਾ ਹੀ ਪਊਗਾ। ਅੱਜ ਹੁਸ਼ਿਆਰਪੁਰ ਵਿਖੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਕਰਜ਼ਾ ਜਿਹੜਾ ਘੁਰਾਓ ਕੀਤਾ ਜਾ ਰਿਹਾ ਹੈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ, ਜਿਹੜਾ ਕਿ ਸੋਸ਼ਲ ਸਟਾਫ BRC CDS ਅਤੇ IEC ਸਪੈਸ਼ਲ ਲਿਸਟ ਜਿਹੜੀਆਂ ਇਹਨਾਂ ਦੀਆਂ ਮੰਗਾਂ ਹਨ ਉਹਨੂੰ ਲੈ ਕੇ ਜਿਹੜਾ ਇਹ ਵਿਰੋਧ ਕੀਤਾ ਜਾ ਰਿਹਾ, ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਭਾਰੀ ਸੰਖਿਆ ਦੇ ਵਿੱਚ ਜਿਹੜੇ ਇਹ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਘਰ ਦੇ ਬਾਹਰ ਜਿਹੜਾ ਚੌਂਕ ਹੈ ਉਹ ਜਗ੍ਹਾ ਦੇ ਉੱਤੇ ਧਰਨਾ ਲਗਾ ਕੇ ਬੈਠੇ ਹੋਏ ਹਨ, ਜਿਸ ਨੂੰ ਕਿ ਸ਼ਿਵ ਚੌਂਕ ਊਨਾ ਰੋਡ ਕਿਹਾ ਜਾਂਦਾ ਹੈ, ਔਰ ਲਗਾਤਾਰ ਸਰਕਾਰ ਦੇ ਖਿਲਾਫ ਔਰ ਵਿਭਾਗ ਦੇ ਕਰਮਚਾਰੀਆਂ ਦੇ ਖਿਲਾਫ ਸ਼ੰਕਰ ਜਿੰਪਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਔਰ ਕਿਉਂਕਿ ਬ੍ਰਹਮ ਸ਼ੰਕਰ ਜਿੰਪਾ ਜਿਹੜੇ ਇਹਨਾਂ ਦੇ ਵਿਭਾਗ ਦੇ ਅਧਿਕਾਰੀ ਹਨ, ਇੱਥੇ ਜਿਹੜੇ ਮੁੱਖ ਇਹਨਾਂ ਦੇ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਨਾਮ ਹੈ ਜੀ ਆਪਣਾ? ਹਰਿੰਦਰ ਸਿੰਘ। ਇੱਥੇ ਅੱਜ ਤੁਸੀਂ ਧਰਨਾ ਪ੍ਰਦਰਸ਼ਨ ਕੀਤਾ, ਕੀ ਮੰਗਾਂ ਨੇ, ਕਿਹਨਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਜੀ? ਇਹ ਸੋਸ਼ਲ ਸਟਾਫ ਵੱਲੋਂ ਧਰਨਾ ਜਿਹੜਾ ਲਾਇਆ ਜਾ ਰਿਹਾ ਇੱਥੇ, ਸਾਡੀਆਂ 2 ਦਫ਼ਾ ਭਰਤੀਆਂ ਹੋਈਆਂ, ਪਹਿਲੀ 2011 'ਚ, ਉਸ ਤੋਂ ਬਾਅਦ 2020 ਦੇ ਵਿੱਚ। ਜਿਵੇਂ ਇੱਕ ਨਿਯਮ ਹੁੰਦਾ ਕਿ ਜਿਹੜੇ ਫੀਲਡ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਇੱਕ ਪੈਟਰੋਲ ਖਰਚਾ ਜਾਂ ਕਹਿ ਲਈਏ TA ਵਗੈਰਾ ਦਿੱਤਾ ਜਾਂਦਾ, ਉਹ 2011 ਤੋਂ ਹੀ ਦਿੱਤਾ ਜਾ ਰਿਹਾ ਸੀਗਾ। ਲੇਕਿਨ 2023 ਦੇ ਵਿੱਚ ਆ ਕੇ ਨਾ ਤਾਂ ਉਹ ਬੰਦ ਕੀਤਾ ਅਤੇ ਨਾ ਹੀ ਸਾਨੂੰ ਦਿੱਤਾ। ਜਦੋਂ ਵੀ ਮਾਣਯੋਗ ਮੰਤਰੀ ਸਾਹਿਬ ਕੋਲ ਜਾ ਕੇ ਗੱਲ ਕਰੀ ਹੈ, ਇਹਨਾਂ ਨੇ ਵੀ ਜਿਹੜੇ ਸਾਡੇ ਸੰਬੰਧਿਤ ਅਫਸਰ ਨੇ ਉਹਨਾਂ ਨੂੰ ਕਿਹਾ ਕਿ ਇਹਨਾਂ ਦਾ ਜਿਹੜਾ ਭੱਤਾ ਜਾਰੀ ਕਰੋ। ਅਫਸਰਾਂ ਕੋਲ ਜਾਂਦੇ ਹਾਂ, ਉਹਨਾਂ ਦਾ ਇਹ ਹੁੰਦਾ ਕਿ ਜੀ ਅਸੀਂ ਆਪਦੇ ਵੱਲੋਂ ਕਾਰਵਾਈ ਕਰਕੇ ਉਹਨੇ ਸਰਕਾਰ ਲੈਵਲ ਦਾ ਕੰਮ, ਅਤੇ ਅਸੀਂ ਵਾਰ ਵਾਰ ਇਹਦਾ ਪੁੱਛਿਆ, ਕਾਰਨ ਸਾਨੂੰ ਕਾਰਨ ਦੱਸਿਆ ਜਾਵੇ ਵੀ ਜੇ ਰੋਕਿਆ ਤਾਂ ਕਿਉਂ ਰੋਕਿਆ, ਕੀ ਤੁਸੀਂ ਦੇਣਾ ਚਾਹੁੰਦੇ ਹੋ ਜਾਂ ਨਹੀਂ ਦੇਣਾ ਚਾਹੁੰਦੇ। ਉਸੇ ਰਣਨੀਤੀ ਦੇ ਤਹਿਤ ਅੱਜ ਅਸੀਂ 2 ਤਾਰ ਜਿਹੜੇ ਧਰਨੇ ਆ ਉਹ ਲਾਏ ਆ, ਇੱਕ ਮਾਣਯੋਗ HOD ਸਾਹਿਬ ਦੇ ਦਫ਼ਤਰ ਅੱਗੇ ਆ, ਇੱਕ ਅੱਜ ਇੱਥੇ ਮਾਣਯੋਗ ਮੰਤਰੀ ਸਾਹਿਬ ਦੇ ਕੋਠੀ ਦੇ ਅੱਗੇ ਧਰਨਾ ਲਾਇਆ। ਇੱਥੋਂ ਮੰਤਰੀ ਸਾਹਿਬ ਅਗਰ ਜੇ ਕਹਿੰਦੇ ਅਫਸਰਾਂ ਦਾ ਕੰਮ, ਉੱਥੋਂ ਵਾਲੀ ਯੂਨੀਅਨ ਸਾਨੂੰ ਮੈਸੇਜ ਦਊਗੀ ਉਹਨਾਂ ਨੂੰ ਮਿਲ ਕੇ HOD ਸਾਹਿਬ ਨੂੰ ਕਿ ਉਹ ਕੀ ਕਹਿੰਦੇ, ਜੇ ਉਹ ਕਹਿੰਦੇ ਸਰਕਾਰ ਦਾ ਤਾਂ ਅਸੀਂ ਦੋਨੇ ਆਪਸ ਵਿੱਚ ਕੰਟਰੈਕਟ ਕਰਕੇ ਫਿਰ ਉੱਧਰਲੀ ਗੱਲ ਮੰਤਰੀ ਕੋਲੇ ਦੱਸ ਸਕੀਏ, ਇੱਧਰਲੀ ਮਾਣਯੋਗ HOD ਸਾਹਿਬ ਨੂੰ ਦੱਸ ਸਕੀਏ। ਸਾਡੀ ਅਸਲ ਦੇ ਵਿੱਚ ਜਿਹੜੀ ਅੱਜ ਤੁਰੰਤ ਮੰਗ ਹੈਗੀ ਆ ਉਹ ਇਹੀ ਹੈ ਕਿ ਜਿਹੜੇ ਸਾਡੇ ਉਹ ਫੰਡ ਰੋਕੇ ਪਏ ਆ ਉਹ ਤੁਰੰਤ ਲਾਗੂ ਕੀਤੇ ਜਾਣ। ਉਹ ਸਾਡਾ ਰਾਈਟ ਹੈ, ਸਾਨੂੰ ਰਾਈਟ ਦਿੱਤਾ ਹੋਇਆ ਪਹਿਲਾਂ ਹੀ ਅਸੀਂ ਕੰਟਰੈਕਟ ਦੇ ਕੰਮ ਕਰਦੇ ਹਾਂ, ਤਨਖਾਹਾਂ ਘੱਟ ਨੇ ਅਤੇ ਲਗਭਗ 4000 ਦਾ ਇਹ ਕੱਟ ਮਾਰਤਾ,
ਜਿਹਦਾ ਕੋਈ ਸਾਇੰਟੀਫਿਕ ਰੀਜ਼ਨ ਨਹੀਂ ਸਾਨੂੰ ਅੱਜ ਤੱਕ, ਨਾ ਤਾਂ ਮੰਤਰੀ ਜੀ ਦੱਸ ਸਕੇ ਆ ਨਾ ਉਹ ਦੱਸ ਸਕੇ ਆ। ਪਹਿਲਾਂ ਕਦੋਂ ਇਹਨਾਂ ਦੇ ਨਾਲ ਮੀਟਿੰਗ ਹੋਈ ਸੀ, ਕਿਉਂਕਿ ਇਲੈਕਸ਼ਨ ਹੋ ਕੇ ਉਹ ਤੋਂ ਪਹਿਲਾਂ ਕਿਸੇ ਤਰ੍ਹਾਂ ਦੇ ਕੋਈ ਵਾਅਦਾ ਵਗੈਰਾ ਸਰਕਾਰ ਨੇ ਜਾਂ ਮੰਤਰੀ ਜੀ ਨੇ ਕੀਤਾ? ਪਹਿਲਾਂ ਡੇਟ ਵਾਈਜ਼ ਤਾਂ ਨਹੀਂ ਹੁਣ ਯਾਦ ਕੁਛ, ਬਟ 4 ਤੋਂ 5 ਮੀਟਿੰਗਾਂ ਇਹਨਾਂ ਨਾਲ ਹੋ ਚੁੱਕੀਆਂ। ਫੋਨ ਤੇ ਵੀ ਸਮੇਂ ਸਮੇਂ ਤੇ ਪ੍ਰਧਾਨ ਜੀ ਗੱਲ ਕਰਦੇ ਰਹਿੰਦੇ ਆ। ਇਹਨਾਂ ਨੇ ਵੀ ਸਾਨੂੰ ਜਵਾਬ ਨਹੀਂ ਦਿੱਤਾ ਤੋੜ ਕੇ ਕੀ ਹੋਊਗਾ। ਦੂਸਰੀ ਗੱਲ ਅਸੀਂ ਇਹ ਪੁੱਛਣਾ ਚਾਹੁੰਦੇ ਵੀ ਮੰਤਰੀ ਇੱਕ ਸੁਪਰ ਪਾਵਰ ਹੁੰਦਾ, ਸਾਨੂੰ ਤਾਂ ਇਹ ਲੱਗਦਾ ਕਿਤੇ ਨਾ ਕਿਤੇ ਲਾਰਾ ਲਾਇਆ ਜਾ ਰਿਹਾ ਮੰਤਰੀ ਜੀ ਵੱਲੋਂ ਵੀ। ਆਖਿਰ ਮੰਤਰੀ ਜੀ ਅਫਸਰ ਨੂੰ ਫੋਨ ਕਰਨ ਤੇ ਉਹਨਾਂ ਨੂੰ ਕਹਿਣ ਜੀ ਮੈਨੂੰ ਰਿਪੋਰਟ ਕਰੋ ਇਹ ਕੰਮ ਕਰਕੇ। ਹੁਣ ਇਹ ਪਤਾ ਨਹੀਂ ਕਿ ਮੰਤਰੀ ਹੀ ਪਾਵਰਫੁੱਲ ਨਹੀਂ ਹੈਗੇ ਸਾਡੇ, ਜਾਂ ਇਹ ਵੀ ਇੱਕ ਡੰਗ ਟਪਾਊ ਨੀਤੀ ਕਰਦੇ ਆ, ਜਾਂ ਇਹ ਕਹਿ ਲਈਏ ਕਿ ਬਦਲਾਅ ਦੇ ਵਿੱਚ ਇਹ ਸਾਰਾ ਕੁਛ ਹੋ ਰਿਹਾ, ਸਮਝੋ ਬਾਹਰ ਹੈ। ਇਹ ਅੱਜ ਮੰਤਰੀ ਤੋਂ ਅਸੀਂ ਜਵਾਬ ਲੈਣ ਆਏ ਹਾਂ, ਰਿਸਪੈਕਟਫੁਲੀ ਆਏ ਹਾਂ, ਸਾਨੂੰ ਪਤਾ ਸਾਡੇ ਮੰਤਰੀ ਨੇ, ਸਤਿਕਾਰ ਕਰਦੇ ਹਾਂ ਉਹਨਾਂ ਦਾ, ਪਰ ਜਿਹੜਾ ਸਾਡੇ ਹੱਕ ਤੇ ਡਾਕਾ ਮਾਰਾ ਉਹ ਰਿਸਪੈਕਟਫੁਲੀ ਅੱਜ ਅਸੀਂ ਪੁੱਛਣਾ ਹੈ ਕਿ ਸਾਨੂੰ ਇਹਦਾ ਰੀਜ਼ਨ ਦੱਸਿਆ ਜਾਵੇ, ਉਹਨਾਂ ਨੂੰ ਦੱਸਣਾ ਹੀ ਪਊਗਾ। ਸੋ ਸਾਡੇ ਨਾਲ ਮਹਿਲਾਵਾਂ ਜਿਹੜੇ ਕਰਮਚਾਰੀ ਨੇ ਉਹ ਵੀ ਇੱਥੇ ਮੌਜੂਦ ਨਹੀਂ ਹੈ। ਮੈਡਮ ਕੀ ਤੁਸੀਂ ਵੀ ਅੱਜ ਜਿਹੜੀਆਂ ਮਹਿਲਾਵਾਂ ਨੇ ਇੱਥੇ ਕਾਫੀ ਬੜੀ ਸੰਖਿਆ ਦੇ ਵਿੱਚ ਇੱਥੇ ਪਹੁੰਚੀਆਂ ਨੇ, ਨਾਅਰੇਬਾਜ਼ੀ ਕਰ ਰਹੇ ਨੇ, ਕੀ ਮੰਗਾਂ ਨੇ? ਸਾਡੀਆਂ ਮੰਗਾਂ ਉਹੀ ਕਿ ਪੰਜਾਬ ਸਰਕਾਰ ਜੋ ਸਾਡੇ ਨਾਲ ਧੱਕਾ ਕਰ ਰਹੀ ਹੈ, ਸਾਡੀਆਂ ਤਨਖਾਹਾਂ ਪਹਿਲਾਂ ਹੀ ਬਹੁਤ ਘੱਟ ਨੇ, ਅਸੀਂ ਪਿਛਲੇ 12-13 ਸਾਲਾਂ ਤੋਂ ਵਿਭਾਗ ਦੇ ਵਿੱਚ ਸੇਵਾਵਾਂ ਦੇ ਰਹੇ ਹਾਂ ਔਰ ਬਹੁਤ ਹੀ ਔਖੇ ਕੰਮ ਆ ਜਿਹੜੇ ਅਸੀਂ ਕਰਦੇ ਹਾਂ, ਅਤੇ ਉਹਦੇ ਬਾਵਜੂਦ ਵੀ ਤਨਖਾਹਾਂ ਵਧਾਉਣੀਆਂ ਤਾਂ ਕੀ ਸੀ ਇਸ ਸਰਕਾਰ ਨੇ ਬਦਲਾਅ ਦੇ ਨਾਮ ਦੇ ਉੱਤੇ। ਸਾਡੇ ਜਿਹੜੇ ਭੱਤੇ ਪਿਛਲੇ 12 ਸਾਲ ਤੋਂ ਚੱਲ ਰਹੇ ਸੀ ਉਹ 2023 ਦੇ ਵਿੱਚ ਬੰਦ ਕਰ ਦਿੱਤੇ ਔਰ ਉਹਨਾਂ ਦਾ ਕੋਈ ਸਾਨੂੰ ਕਾਰਨ ਨਹੀਂ ਦੱਸਿਆ ਜਾ ਰਿਹਾ। ਇਹ ਮੰਗਾਂ ਸਾਰੀਆਂ ਦੱਸ ਦਿੱਤੀਆਂ, ਇਹ ਜਿਹੜਾ ਪੰਜਾਬ ਦਾ ਧਰਨਾ ਹੈ ਜਾਂ ਇਕੱਲਾ? ਨਹੀਂ, ਇਹ ਪੂਰੇ ਪੰਜਾਬ ਦਾ ਧਰਨਾ ਆ ਜੀ, ਇਹ ਪੂਰੇ ਪੰਜਾਬ ਤੋਂ ਸਾਥੀ ਜੁੜੇ ਹੋਏ ਨੇ ਔਰ ਇੱਕ ਧਰਨਾ ਸਾਡਾ ਮੋਹਾਲੀ ਚੱਲ ਰਿਹਾ, ਉੱਥੇ ਵੀ ਸਾਡੇ ਸਾਥੀ ਬੈਠੇ ਹੋਏ ਨੇ, ਪੂਰੇ ਪੰਜਾਬ ਤੋਂ ਇਹ ਵਿਰੋਧ ਜਿਹੜਾ ਦਰਜ ਕਰਵਾਇਆ ਜਾ ਰਿਹਾ। ਜੇ ਬਾਈ ਚਾਂਸ ਪੰਜਾਬ ਸਰਕਾਰ ਜਾਂ ਮੰਤਰੀ ਜੀ ਨਹੀਂ ਗੱਲ ਮੰਨਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ? ਆਉਣ ਵਾਲੇ ਟਾਈਮ ਦੇ ਵਿੱਚ ਫਿਰ ਸੰਘਰਸ਼ ਨੂੰ ਤਿੱਖਾ ਕੀਤਾ ਜਾਊਗਾ, ਅਸੀਂ ਆਪਣੇ ਹੱਕ ਲੈਣ ਲਈ ਹਰ ਜਾਇਜ਼ ਔਰ ਤਰੀਕਾ ਜੋ ਵੀ ਕਾਨੂੰਨੀ ਸਭ ਕੁਛ ਅਸੀਂ ਅਪਣਾਵਾਂਗੇ। ਜਿੱਦਾਂ ਸਾਡੇ ਪ੍ਰਧਾਨ ਜੀ ਅਗਲਾ ਪ੍ਰੋਗਰਾਮ ਦੇਣਗੇ ਅਸੀਂ ਉਸ ਤੇ ਪੂਰਾ ਤੁਰ ਚੱਲਾਂਗੇ, ਸਾਰੇ ਸਾਥੀ ਇਸ ਗੱਲ ਦੀ ਸਹਿਮਤੀ ਦੇ ਨਾਲ ਹੀ ਇੱਥੇ ਆਏ। ਸੋ ਤੁਸੀਂ ਸੁਣੀ ਇਹ ਗੱਲਬਾਤ, ਤੁਸੀਂ ਦੇਖ ਸਕਦੇ ਹੋ ਕਿ ਭਾਰੀ ਸੰਖਿਆ ਦੇ ਵਿੱਚ ਜਿਹੜੇ ਇਹ ਲੋਕ ਪੂਰੇ ਪੰਜਾਬ ਦੇ ਉੱਪਰ ਵਿੱਚੋਂ ਇਹ ਆਏ ਨੇ ਔਰ ਨਾਅਰੇਬਾਜ਼ੀ ਕਰ ਰਹੇ ਨੇ ਔਰ ਪੰਜਾਬ ਸਰਕਾਰ ਦੇ ਖਿਲਾਫ ਜਿਹੜੇ ਹੱਥਾਂ ਦੇ ਵਿੱਚ ਤਖਤੀਆਂ ਪੜੀਆਂ ਹੋਈਆਂ ਨੇ। ਇਹਨਾਂ ਦਾ ਕਹਿਣਾ ਹੈ ਪਹਿਲਾਂ ਵੀ ਇਹ ਕਈ ਵਾਰੀ ਜਿਹੜੀ ਆ ਮੰਤਰੀ ਜੀ ਦੇ ਨਾਲ ਗੱਲਬਾਤ ਹੋ ਚੁੱਕੀ ਹੈ, ਲਾਰੇਬਾਜ਼ੀ ਕੀਤੀ ਜਾ ਰਹੀ ਹੈ, ਕਦੀ ਅਫਸਰਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਕਦੀ ਸਰਕਾਰ ਦਾ ਔਰ ਕਦੀ ਮੰਤਰੀ ਜੀ ਖੁਦ ਕੋਈ ਨਾ ਕੋਈ ਬਹਾਨਾ ਕਰਕੇ ਹਰੇਕ ਵਾਰ ਜਦੋਂ ਵੀ ਇਹਨਾਂ ਦਾ ਧਰਨਾ ਰੋਸ ਪ੍ਰਦਰਸ਼ਨ ਇਹ ਕਰਦੇ ਹਨ ਟਾਲ ਦਿੱਤਾ ਜਾਂਦਾ ਹੈ, ਪਰ ਇਹਨਾਂ ਦੀ ਜਿਹੜੀ ਮੰਗ ਹੈ ਜਿਹੜੀਆਂ ਜਾਂ ਆਪਾਂ ਕਹਿ ਸਕਦੇ ਮੰਗਾਂ ਹਨ ਉਹ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਇਹਨਾਂ ਦਾ ਕਹਿਣਾ ਹੈ ਅਗਰ ਅੱਜ ਇਹ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਨ ਆਏ ਹਨ, ਅਗਰ ਇਹਨਾਂ ਦੀ ਫੇਰ ਵੀ ਮੰਗਾਂ ਵੱਲ ਜਿਹੜਾ ਧਿਆਨ ਨਾ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਜਿਹੜਾ ਹੋਰ ਤਿੱਖਾ ਕੀਤਾ ਜਾਵੇਗਾ। ਹੁਸ਼ਿਆਰਪੁਰ ਤੋਂ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਨੀਲ ਲਾਖਾ, ਪੰਜਾਬ ਤੱਕ।